ਦਿੱਲੀ ਸਮਝ ਲਓ ਮੈਂ ਕੁਛ ਦਿਨ ਵਿੱਚ ਬਿਮਾਰ ਹੋ ਗਿਆ ਸੀਗਾ, ਨਹੀਂ ਤਾਂ ਮੈਂ ਹਰ ਮੁੰਡੇ ਕੁਆਡੀਅਨ ਵਾਲੇ ਜਿੱਥੇ ਗਰਾਊਂਡ 'ਚ ਕੋਈ ਵੀ ਮੁੰਡਾ ਕਰਦਾ ਮੈਂ ਉਹਨੂੰ ਕਹਿੰਦੇ ਮੇਰੇ ਨਾਲ ਆ ਜੀ। ਅੱਛਾ, ਹਰ ਇੱਕ ਨੂੰ ਮੈਂ ਕਹਿੰਦੇ ਮੇਰੇ ਨਾਲ ਕਰੋ ਖੇਡਾਂ ਬਾਰੇ, ਚਾਹੇ ਕਬੱਡੀ ਵਾਲਾ ਜਾਂ ਪਹਿਲਵਾਨ ਹੋਵੇ, ਮੈਂ 500 ਡੰਡ ਲਾ ਦਿੰਦਾ। ਅਰੁਣ ਜੀ ਮੇਰੇ ਕੋਲ ਤਾਂ ਕੰਮ ਦੇ ਉੱਪਰ ਜਿਵੇਂ ਹੁਣ 4 ਵਜੇ ਵੀ ਉੱਠਣਾ ਪੈਂਦਾ। ਅੱਛਾ, ਅਤੇ ਨਹੀਂ ਤਾਂ 5 ਵਜੇ ਉੱਠ ਕੇ ਆਪਣਾ ਟ੍ਰੇਡ ਕਰਨੀ ਹੁੰਦੀ ਆ, ਪੀ ਟੀ ਵਗੈਰਾ ਜੋ ਵੀ ਆ, ਪੀ ਟੀ ਕਰਨ ਤੋਂ ਬਾਅਦ ਆਪਾਂ ਆਪਣੇ ਕੰਮ ਕਰਦੇ ਹਾਂ, ਟ੍ਰੇਡ ਵਰਗ ਕੰਮ ਆਪਣੀ ਜੋ ਹੁੰਦੇ ਆ, ਡੇਲੀ ਦੇ ਕੰਮ, ਡੇਲੀ ਰੂਟੀਨ ਜੋ ਕੰਮ ਹੁੰਦੇ ਆ। ਬਾਕੀ ਖਾਣੇ ਦੇ ਟਾਈਮ ਖਾਣਾ, ਰੈਸਟ ਦੇ ਟਾਈਮ ਰੈਸਟ ਵੀ ਹੈ, ਔਰ ਡਿਊਟੀ ਦੇ ਟਾਈਮ ਡਿਊਟੀ ਕਰਨੇ, ਅਤੇ ਰਾਤ ਨੂੰ ਸੌਣਾ ਵੀ, ਸਾਰੇ ਕੰਮ ਕਰਨਾ, ਰਾਤ ਨੂੰ ਨੀਂਦਾਂ ਵੀ ਕੱਟਣਾ ਇੱਕ ਦਿਨ ਹਫ਼ਤੇ। ਸਰਦੀ ਹੋ ਜਾਂ ਗਰਮੀ, ਹਰ ਇਲਾਕੇ 'ਚ ਰੱਖਿਆ ਜਾਂਦਾ, ਜਿਵੇਂ ਬਰਫ ਵਾਲੇ ਇਲਾਕੇ ਦੇ ਵਿੱਚ, ਰਾਜਸਥਾਨੀ ਏਰੀਏ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਹਰ ਬੰਦੇ ਨੂੰ ਹਰ ਇੱਕ ਜੀ ਟ੍ਰੇਨਿੰਗ ਦਿੱਤੀ ਜਾਂਦੀ ਵੀ ਇੱਕ ਬੰਦੇ ਨੂੰ ਕੋਈ ਗੱਲਬਾਤ ਹੋਈ ਦੂਸਰਾ ਬੰਦਾ ਉਹਦਾ ਕੰਮ ਕਰ ਸਕੇ, ਹਰ ਆਦਮੀ 2 ਕੰਮ ਘੱਟੋ ਘੱਟ ਕਰ ਸਕਦਾ। ਅੱਛਾ, ਜੇ ਮੈਂ ਹੁਣ ਮੇਰੇ ਆਪਣੇ ਹੌਲਦਾਰ ਰੈਂਕ 'ਚ, ਜੇ ਮੈਨੂੰ ਉੱਪਰੇ ਨੈਬ ਸੂਬੇਦਾਰ ਦਾ ਰੈਂਕ ਦਾ, ਮੈਨੂੰ ਕੰਮ ਪੂਰਾ ਹੋਣਾ ਚਾਹੀਦਾ। ਅੱਛਾ, ਆਪਣਾ ਤਾਂ ਹੋਣਾ ਹੀ ਹੋਣਾ, ਜੇ ਉਹਨੂੰ ਕੋਈ ਗੱਲਬਾਤ ਹੋ ਗਈ ਉਹਦਾ ਕੰਮ ਨਹੀਂ ਵੀ ਕਰ। ਚਨੇ ਹੋਏ ਨੂੰ ਡੋਲ ਕੇ ਪਾਣੀ ਦੇ ਵਿੱਚ ਰੱਖ ਦਿੰਦੇ, ਸੁਭਾਅ ਨੂੰ ਖਾ ਲਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ, ਤੇ ਪਹੁੰਚੇ ਹੋਏ ਆ ਮੁੱਲਾਪੁਰ ਦਾਖਾ ਦੀ ਗਰਾਊਂਡ ਦੇ ਵਿੱਚ, ਜਿੱਥੇ ਇਹ ਗਰਾਊਂਡ ਆਪਣੇ ਆਪ ਦੇ ਵਿੱਚ ਬੜੀ ਮੰਨੀ ਪਰਮੰਨੀ ਹੈ, ਤਾਂ ਦੂਸਰੇ ਪਾਸੇ ਮੈਂ ਤਸਵੀਰਾਂ ਦੇਖੀਆਂ ਜਿੱਥੇ ਸਾਡੇ ਬਜ਼ੁਰਗ ਕਹਿ ਲਈਏ ਜਾਂ ਬਜ਼ੁਰਗ ਜਵਾਨ ਕਹਿ ਲਈਏ, ਉਹ ਜਿਹੜੇ ਮੁੰਡੇ ਖੁੰਡੇ ਆ ਉਹਨਾਂ ਦੇ ਨਾਲ ਜੰਪਿੰਗ ਐਕਸਰਸਾਈਜ਼ ਜਾਂ ਕਹਿ ਲਈਏ ਕਿ ਡੰਡ ਲਾਉਂਦੇ ਪਏ ਸਨ, ਇਹਨਾਂ ਦੀ ਕੀ ਉਮਰ ਆ, ਇਹ ਕੀ ਅਜਿਹੇ ਕਰਦੇ ਪਏ ਆ ਕਿ ਪੂਰੇ ਫਿੱਟ ਫਾਟ ਪਏ ਆ, ਅਤੇ ਇਹਨਾਂ ਨੂੰ ਦੇਖ ਕੇ ਸੁਣ ਕੇ ਤੁਹਾਨੂੰ ਇਹ ਪਤਾ ਚੱਲ ਜਾਣਾ ਜੇਕਰ ਤੁਸੀਂ ਉਮਰ ਦਰਾਜ਼ ਹੁੰਦੇ ਪਏ ਹੋ ਕਿ ਕਿਵੇਂ ਤੁਸੀਂ ਫਿੱਟ ਹੋ ਸਕਦੇ ਹੋ, ਅਤੇ ਇਸ ਸਭ ਦੇ ਵਿੱਚ ਇਹ ਕਿਹੜੀਆਂ ਐਕਸਰਸਾਈਜ਼, ਕਿਹੜੇ ਖਾਣੇ ਖਾਂਦੇ ਆ, ਅਤੇ ਨਾਲ ਦੀ ਨਾਲ ਇਹਨਾਂ ਦੀ ਜ਼ਿੰਦਗੀ ਨਾਲ ਕੀ ਹੋਇਆ, ਇਹ ਕਿਵੇਂ ਇਹ ਇਸ ਮੁਕਾਮ 'ਤੇ ਪਹੁੰਚੇ, ਆਓ ਗੱਲਬਾਤ ਕਰਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ ਜੀ ਆਪਣਾ? ਤਰਲੋਚਨ ਜੀ, ਆਪਾਂ ਜਾਂ ਮੁੱਲਾਪੁਰ ਦੇ ਦਾਖਾ ਗਰਾਊਂਡ 'ਚ ਬੈਠੇ ਹਾਂ, ਇੱਥੇ ਮੈਂ ਦੇਖਿਆ ਕਿ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਪਏ ਹੋ, ਬੱਚੇ ਦੇਖਣ ਦੇ ਵਿੱਚ ਕਈ ਮੋਟੇ ਵੀ ਲੱਗਦੇ ਪਏ ਆ, ਜੇਕਰ ਟ੍ਰੇਨਿੰਗ ਦੀ ਗੱਲ ਕੀਤੀ ਜਾਵੇ, ਇਹ ਕਿਹੜੀ ਐਕਸਰਸਾਈਜ਼, ਨੋਰਮਲ ਐਕਸਰਸਾਈਜ਼ ਆ ਕਿ ਜਿਮਨਾਸਟਿਕ ਕਹਿ ਦਿੰਦੇ ਉਹਨੂੰ? ਸਾਰੀਆਂ ਚੀਜ਼ਾਂ, ਜਿਮ ਦਾ ਵੀ ਹੈ, ਸਾਰਾ ਸਮਾਨ ਰੱਖਣਾ, ਜਿਮ ਦਾ ਵੀ ਕਰਾਉਂਦੇ ਆ, ਅਤੇ ਪ੍ਰੈਕਟਿਸ ਹਰ ਟਾਈਪ ਦੀ ਪ੍ਰੈਕਟਿਸ। ਅੱਛਾ, ਕੰਬਾਈਨ, ਕਿਉਂਕਿ ਅੱਜ ਕੱਲ੍ਹ ਬਹੁਤਾ ਕਰੇਜ਼ ਮੁੰਡਿਆਂ ਨੂੰ, ਵੈਸੇ ਤਾਂ ਘਰੋਂ ਹਿਲਦੇ ਹੀ ਨਹੀਂ ਗੇ, ਜੇ ਹਿਲਦੇ ਆ ਤਾਂ ਮਾੜਾ ਮੋਟਾ ਜਿੰਮ ਚਲੇ ਜਾਂਦੇ ਆ, ਜਿਹੜੀ ਇਹ ਖੁੱਲ੍ਹੀ ਐਕਸਰਸਾਈਜ਼ ਇਹਦਾ ਕਿੰਨਾ ਕੁ ਫਾਇਦਾ? ਇਹਦੇ ਬਹੁਤ ਜ਼ਿਆਦਾ ਫਾਇਦਾ ਜੀ, ਇਹ ਚੀਜ਼ ਕਰਨ ਦਾ ਕੋਈ ਵੀ ਚੀਜ਼ ਜਿੰਮ ਆਸਾਨੀ ਨਾਲ ਹੋ ਸਕਦੀ ਹੈ, ਜਿੰਮ ਕਰਕੇ ਇਹ ਚੀਜ਼ ਨਹੀਂ ਹੋ ਸਕਦੀ, ਜਿੰਮ ਕਰਕੇ ਜਿੰਮ ਵਾਲਾ ਕਿੱਡੇ ਤਕੜੇ ਤਕੜਾ ਲਿਆ ਉੱਥੇ ਬੰਦਾ ਫਿੱਟ ਨਹੀਂ ਹੋ ਸਕਦਾ।
ਉਹ ਸਿਰਫ ਵਾਹ ਵਾਹ ਤੇ ਵਜਨ ਚੱਕੂਗਾ, ਥੋੜਾ ਵਜਨ ਚੱਕ ਕੇ ਬੁਲਗਾ, ਮੈਂ ਵਾਹ ਬੁਲਗਾ, ਮੈਂ ਬਹੁਤ ਤਕੜਾ ਵਾਂ, ਪਰ ਇੱਥੇ ਨਹੀਂ ਕੱਢਦਾ ਜਿੰਮ ਵਾਲਾ, ਇੱਕ 10 ਮਿੰਟ ਵੀ ਨਹੀਂ ਕੱਢਦਾ। ਕੀ ਗੱਲ, ਕੀ ਕਿਵੇਂ? ਇਹ ਇੱਥੇ ਆਰ ਟਾਈਪ ਦਾ ਐਕਸਰਸਾਈਜ਼ ਆ, ਇੱਕ ਦਿਨ ਲੱਤਾਂ ਦੀ ਲਾਉਣੀ ਹੈ, ਇੱਕ ਦਿਨ ਬਾਹਾਂ ਦੀ ਲਾਉਣੀ ਹੈ, ਇੱਕ ਦਿਨ ਪੇਟ ਦੀ ਅਲੱਗ ਅਲੱਗ ਨੇ ਡੇ ਰੱਖੇ। ਅੱਛਾ, ਹਰ ਪੂਰੇ ਸਰੀਰ ਦੇ ਹਰ ਇੱਕ ਅੰਗ ਨੂੰ ਟ੍ਰੇਨਿੰਗ ਬਰਾਬਰ ਦਿੰਦੀ, ਮਤਲਬ ਸਾਰਾ ਸਰੀਰ ਨੂੰ, ਮਤਲਬ ਉਹਦੀ ਫਲੈਕਸੀਬਿਲਟੀ ਵੱਧ ਜਾਂਦੀ। ਹਾਂਜੀ, ਉਹਦੀ ਲਚਕ ਹਰ ਚੀਜ਼ ਦੀ, ਮਤਲਬ ਸਟੈਮਿਨਾ ਸਰੀਰ ਦੇ ਅੰਦਰ, ਐਨਰਜੀ, ਤਾਕਤ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਇਸ ਤੋਂ ਪਹਿਲਾਂ ਜਾਂ ਆਪਣੇ ਲਾਈਫ ਦੇ ਵਿੱਚ ਕੀ ਕਰਦੇ ਰਹੇ ਹੋ? ਮੈਂ ਵੇਲੇ ਜੀ ਭਰਤੀ ਹੋਇਆ ਫੌਜ ਦੇ ਵਿੱਚ। ਅੱਛਾ, 18 ਸਾਲ ਦਾ, ਅਤੇ ਉਦੋਂ ਬਾਅਦ ਫੌਜ ਚਲਾ ਗਏ ਹਾਂ। ਅੱਛਾ, 32 ਸਾਲ ਫੌਜ ਚਲਾਇਆ। ਹਾਂ, ਅਤੇ ਮੈਨੂੰ ਹੋ ਗਏ 10-12 ਸਾਲ ਆਏ ਨੂੰ ਰਿਟਾਇਰਮੈਂਟ ਹੋਏ ਨੂੰ ਹੁਣ ਮੈਂ ਇੱਥੇ, ਪਰ ਮੈਂ ਫਿਰ ਵੀ ਗਰਾਊਂਡ ਨਾਲ ਜੁੜਿਆ, ਰਿਟਾਇਰਮੈਂਟ ਹੋ ਕੇ ਵੀ ਮੈਂ ਡੇਲੀ ਚੱਲਣਾ ਹੀ ਚੱਲਣਾ। ਤਕਰੀਬਨ ਮੈਨੂੰ ਤਾਂ 2012 ਦਾ ਹੈ ਜਨਵਰੀ ਦਾ, ਅੱਜ ਤੱਕ ਮੈਨੂੰ ਕਿਸੇ ਨੇ, ਮਤਲਬ ਪੈਦਲ ਕਿਸੇ ਨੇ ਕੱਟਿਆ ਨਹੀਂ ਗਾ ਚੱਲਣ ਦੇ ਵਿੱਚ, ਰਿਕਾਰਡ ਹੈ ਮੇਰਾ। ਤੁਹਾਡੀ ਦੇਖਣ ਨੂੰ ਤਾਂ ਹੁਣ ਉਮਰ ਖਾਸੀ ਲੱਗਦੀ ਹੈ, ਮੈਂ ਜੇ ਨੋਰਮਲ ਕਹਿੰਦੇ, ਵੈਸੇ ਤਾਂ ਚਲੋ ਬੰਦਿਆਂ ਤੋਂ ਪੁੱਛ ਲਈਦੀ ਹੁੰਦੀ ਹੈ, ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ 65 ਸਾਲ ਦੀ। 65 ਸਾਲ ਵੈਸੇ ਲੱਗਦੇ ਨਹੀਂ ਗੇ, ਕਿਉਂਕਿ ਫਿਟਨੈਸ ਬਹੁਤ ਵਧੀਆ ਬਣਾਈ ਹੋਈ ਹੈ, ਪਤਲੇ ਪਤੰਗ ਹੋ, ਕਿਉਂਕਿ ਜੇਕਰ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਉਹੀ ਹਾਲ ਹੋ ਗਿਆ ਕਿ ਮੋਟਾਪਾ ਵਾਲਾ ਚੜ੍ਹ ਗਿਆ। ਇਹ ਫਿਰ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਹੋ ਜਾਂ ਵਾਕ ਕਰਦੇ ਹੋ, ਡੇਲੀ ਬੇਸਿਸ 'ਤੇ ਹੁੰਦੀ ਹੈ? ਡੇਲੀ ਸਮਝ ਲਓ, ਮੈਂ ਕੁਛ ਦਿਨ ਵਿੱਚ ਬਿਮਾਰ ਹੋ ਗਿਆ ਸੀਗਾ, ਨਹੀਂ ਤਾਂ ਮੈਂ ਹਰ ਮੁੰਡੇ ਕੋਆਰਡੀਨਰ ਵਾਲੇ, ਜਿੱਥੇ ਗਰਾਊਂਡ 'ਚ ਕੋਈ ਮੁੰਡਾ ਕਰਦਾ, ਮੈਂ ਉਹਨੂੰ ਕਹਿੰਦਾ ਮੇਰੇ ਨਾਲ ਜੀ। ਅੱਛਾ, ਹਰ ਇੱਕ ਨੂੰ ਮੈਂ ਕਹਿੰਦਾ ਮੇਰੇ ਨਾਲ ਕਰੋ ਜਿਹੜਾ ਮਰਜ਼ੀ, ਚਾਹੇ ਕੋਆਰਡੀ ਵਾਲਾ ਜਾਂ ਪਹਿਲਵਾਨ ਹੋਵੇ, ਮੈਂ 500 ਡੰਡ ਲਾ ਦਿੰਦਾ। 500 ਡੰਡ ਆਰਾਮ ਨਾਲ, ਆਰਾਮ ਨਾਲ ਹੁਣ ਵੀ ਲਾ ਦਿੰਦੇ ਹੋ? ਚਲੋ ਅਸੀਂ ਟਰਾਈ ਕਰਾਂਗੇ ਵੀ 10 ਕੁ ਤਾਂ ਲਾ ਕੇ ਦਿਖਾਇਓ ਸਾਨੂੰ। ਅੱਛਾ, ਜੇਕਰ ਗੱਲ ਕੀਤੀ ਜਾਵੇ ਫੌਜ ਦਾ ਜਿਹੜਾ ਸ਼ਡਿਊਲ ਹੁੰਦਾ, ਉਹ ਸੁਣਿਆ ਬੜਾ ਹਾਰਡ ਹੁੰਦਾ, ਜੇ ਥੋੜ੍ਹਾ ਜਿਹਾ ਆਪਾਂ ਪੁੱਛਣ ਦੀ ਕੋਸ਼ਿਸ਼ ਕਰੀਏ, ਉਹ ਕਿੰਨੇ ਕੁ ਵਜੇ ਠਾਲ ਲੈਂਦੇ ਆ? ਠਾਲਣਾ ਜੀ, ਉਹ ਨਿਰਭਰ ਤਾਂ ਕੰਮ ਦੇ ਉੱਪਰ, ਜਿਵੇਂ ਹੁਣ 4 ਵਜੇ ਵੀ ਉੱਠਣਾ ਪੈਂਦਾ। ਅੱਛਾ, ਅਤੇ ਨਹੀਂ ਤਾਂ 5 ਵਜੇ ਉੱਠ ਕੇ ਆਪਣਾ ਟ੍ਰੇਡ ਕਰਨੀ ਹੁੰਦੀ ਹੈ, ਪੀਟੀ ਵਗੈਰਾ ਜੋ ਵੀ ਹੈ, ਪੀਟੀ ਕਰਨ ਤੋਂ ਬਾਅਦ ਆਪਾਂ ਆਪਣੇ ਕੰਮ ਕਰਦੇ ਹਾਂ, ਟ੍ਰੇਡ ਵਰਕ ਕੰਮ ਆਪਣੇ ਜੋ ਦਿੰਦੇ ਹੈ, ਡੇਲੀ ਦੇ ਕੰਮ, ਡੇਲੀ ਰੂਟੀਨ ਜੋ ਕੰਮ ਹੁੰਦੇ ਆ। ਬਾਕੀ ਖਾਣੇ ਦੇ ਟਾਈਮ ਖਾਣਾ ਹੈ, ਰੈਸਟ ਦੇ ਟਾਈਮ ਰੈਸਟ ਵੀ ਹੈ, ਔਰ ਡਿਊਟੀ ਦੇ ਟਾਈਮ ਡਿਊਟੀ ਕਰਨੇ, ਅਤੇ ਰਾਤ ਨੂੰ ਸੌਣਾ ਵੀ, ਸਾਰੇ ਕੰਮ ਕਰਨਾ। ਰਾਤ ਨੂੰ ਨੀਂਦਾਂ ਵੀ ਕੱਟਣਾ ਇੱਕ ਦਿਨ ਹਫ਼ਤੇ 'ਚ। ਇੱਕ ਦਿਨ ਕਿਵੇਂ ਬਈ? ਜਿਵੇਂ ਵੀਰਵਾਰ ਜਾਂ ਮੰਗਲਵਾਰ ਕੋਈ ਦਿਨ ਰੱਖਿਆ ਹੁੰਦਾ, ਹੁਣ ਕਈ ਤਾਂ ਆਦਮੀ ਬਾਅਦ 'ਚ ਲੜਾਈ ਗਏ ਲੱਗਦੇ, ਰਾਤ ਨੂੰ ਬੋਲੇ ਮੈਂ ਤਾਂ ਨੀਂਦ ਨਹੀਂ ਕੱਟ ਸਕਦਾ। ਹਾਂ, ਅੱਛਾ, ਉਹ ਵੀ ਟਾਈਪ ਦੇ ਜਾਣੇ ਜੀ, ਐਕਸਰਸਾਈਜ਼ ਕਰਾਉਂਦੇ ਆ ਆਪਣੇ ਕੈਂਪ ਜੂਨਟ ਏਰੀਆ, ਜੂਨਟ ਜਾਂ ਕੈਂਪ ਏਰੀਆ ਛੱਡ ਕੇ ਬਾਹਰ ਲਵਾਉਂਦੇ ਆ। ਅੱਛਾ, ਵੀ ਉੱਥੇ ਹਰ ਟੈਂਪਰੇਚਰ ਦੇ ਹਿਸਾਬ ਨਾਲ, ਹਰ ਮੌਸਮ ਦੇ ਹਿਸਾਬ ਨਾਲ ਬੰਦਾ ਉਹ ਆਪਣੀ ਟ੍ਰੇਨਿੰਗ ਕਰ ਸਕੇ, ਬਈ ਆਲਸੀ ਨਾ ਬਣੇ, ਵੀ ਕਿਸੇ ਵੀ ਟਾਈਮ ਕਿਸੇ ਵੀ ਬੰਦੇ ਨੂੰ ਜ਼ਰੂਰਤ ਪਵੇ, ਕੋਈ ਵੀ ਗੱਲਬਾਤ ਹੋਵੇ, ਬੰਦਾ ਤਿਆਰ ਪਰ ਤਿਆਰ ਰਹੇ, ਚਾਹੇ ਸਰਦੀ ਹੋਵੇ ਜਾਂ ਗਰਮੀ ਹੋਵੇ। ਹਰ ਇਲਾਕੇ 'ਚ ਰੱਖਿਆ ਜਾਂਦਾ, ਜਿਵੇਂ ਬਰਫ ਵਾਲੇ ਇਲਾਕੇ ਦੇ ਵਿੱਚ, ਰਾਜਸਥਾਨ ਏਰੀਏ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਹਰ ਬੰਦੇ ਨੂੰ ਹਰ ਇੱਕ ਜਿਹੀ ਟ੍ਰੇਨਿੰਗ ਦਿੱਤੀ ਜਾਂਦੀ, ਵੀ ਇੱਕ ਬੰਦੇ ਨੂੰ ਕੋਈ ਗੱਲਬਾਤ ਹੋਈ ਦੂਸਰਾ ਬੰਦਾ ਉਹਦਾ ਕੰਮ ਕਰ ਸਕੇ, ਹਰ ਆਦਮੀ 2 ਕੰਮ ਘੱਟੋ ਘੱਟ ਕਰ ਚੀਜ਼ਾਂ ਹੁੰਦੀਆਂ। ਅੱਛਾ, ਹਾਂ, ਜੇ ਮੈਂ ਹੁਣ ਮੇਰੇ ਆਪਣੇ ਹੌਲਦਾਰ ਰੈਂਕ 'ਚ, ਅਤੇ ਮੈਨੂੰ ਉੱਪਰੇ ਨੈਬ ਸੂਬੇਦਾਰ ਦਾ ਰੈਂਕ ਦਾ, ਮੈਨੂੰ ਕੰਮ ਪੂਰਾ ਹੋਣਾ ਚਾਹੀਦਾ। ਅੱਛਾ, ਮੈਂ ਆਪਣਾ ਤਾਂ ਹੋਣਾ ਹੀ ਹੋਣਾ, ਜੇ ਉਹਨੂੰ ਕੋਈ ਗੱਲਬਾਤ ਹੋ ਗਈ ਉਹਦਾ ਕੰਮ ਮੈਂ ਵੀ ਕਰਨਾ, ਹਰ ਇੱਕ ਆਦਮੀ 2 ਕੰਮ ਕਰੇਗਾ, ਹਰ 2 ਟਰੇਡ ਹੋਵੇ ਇੱਕ ਆਦਮੀ। ਜੇ ਮੈਂ ਡਰਾਈਵਰ ਗੱਡੀ ਜਦੋਂ ਆ ਰਿਹਾ, ਮੈਨੂੰ ਨਾਲ 2 ਜੇ ਗੰਨ ਲੱਗੇ ਤਾਂ ਗੰਨ ਦਾ ਵੀ ਆਉਣਾ ਚਾਹੀਦਾ ਕੰਮ, ਜੇ ਗੰਨ ਲੱਗੇ ਨਾਲ ਦਾ ਆਪਰੇਟਰ ਦਾ ਕੰਮ ਵੀ ਆਉਣਾ ਚਾਹੀਦਾ, ਵੀਡੀਓ ਆਪਰੇਟਰ ਦਾ। ਅੱਛਾ, ਮੈਨੂੰ ਕਹਿਣ ਦਾ ਮਤਲਬ 2 ਕੰਮ ਘੱਟੋ ਘੱਟ ਹੁੰਦੇ ਹਰ ਇੱਕ। ਇਹ ਜਿਹੜਾ
ਕਹਿੰਦੇ ਫੌਜ ਦਾ ਸਮਾਂ ਇਹ ਜਿਹੜੀ ਜੋਬ ਹੁੰਦੀ ਆ 16 ਸਾਲਾਂ ਦੀ ਹੁੰਦੀ ਹੈ? ਨਹੀਂ ਜੀ, 17 ਸਾਲ ਘੱਟੋ ਘੱਟ 17 ਸਾਲ 17 ਸਾਲ ਉਦੋਂ ਪਹਿਲੇ ਪੈਨਸ਼ਨ ਨਹੀਂ ਮਿਲਦੀ ਹੈ। ਪੈਨਸ਼ਨ ਮਿਲਦੀ ਹੈ ਜਾਂ 13 ਸਾਲ 55 ਦਿਨ ਤੋਂ ਉਹਨੂੰ ਮਿਲਦੇ ਜੋ ਬੰਦਾ ਕੈਟਾਗਰੀ ਹੋ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਬਿਮਾਰ ਸਰੀਰ ਦੇ ਅੰਦਰ ਆ ਜਾਏ, MH ਜਾਂ ਬੋਰਡ ਬਣਾ ਕੇ ਦੇ ਦੇਵੇ, ਉਹਨੂੰ 13 ਸਾਲ 55 ਦਿਨ ਦੇ ਵਿੱਚ ਪੈਨਸ਼ਨ ਲਾਗੂ ਹੈ। ਨਹੀਂ ਤਾਂ 17 ਸਾਲ ਸਫਾਈ ਦੀ ਕਰਕੇ ਹੋਣੀ ਪੈਂਦੀ ਸਰਵਿਸ ਪੂਰੀ। ਅਤੇ ਉਸ ਤੋਂ ਬਾਅਦ ਜੈਸੇ ਨਾਇਕ ਆ ਹੁਣ 22 ਸਾਲ, ਹੌਲਦਾਰਾਂ ਨੂੰ 24 ਸਾਲ, ਨਾਇਕ ਸੂਬੇਦਾਰ 26 ਸਾਲ ਅਤੇ ਸੂਬੇਦਾਰ 28 ਸਾਲ, ਔਰ ਬਾਡੀ ਫਿਟਨੈਸ ਆ ਤਾਂ 2 ਸਾਲ ਵਧਾ ਕੇ ਵੀ ਕਰ ਸਕਦੇ ਆਪਾਂ। ਚਲੋ ਫਿਰ ਉੱਥੇ ਬਾਡੀ 'ਤੇ ਆ ਜਾਂਦੇ ਹਾਂ, ਜੇਕਰ ਡੇਲੀ ਬੰਦਾ ਪ੍ਰੈਕਟਿਸ ਕਰਦਾ ਤਾਂ ਕੀ ਮੰਨ ਕੇ ਚੱਲਦੇ ਹਾਂ ਕਿ ਉਹਨੂੰ ਡਾਇਟ ਕੀ ਨਾਲ ਫੋਲੋ ਕਰਨੀ ਚਾਹੀਦੀ ਹੈ? ਡਾਇਟ ਤਾਂ ਦੇਖੋ ਜੀ, ਬਾਹਰਲੀ ਚੀਜ਼ ਨਹੀਂ ਖਾਣੀ ਚਾਹੀਦੀ ਪਹਿਲੀ ਗੱਲ, ਜਿਵੇਂ ਬਾਹਰਲੀਆਂ ਚੀਜ਼ਾਂ ਨੇ ਫੂਡ ਫਾਟ ਰਹੀਆਂ ਜਿਹੜੀ ਚੀਜ਼ਾਂ, ਕੋਈ ਚੀਜ਼ ਨਹੀਂ ਖਾਣੀ ਚਾਹੀਦੀ। ਨੋਰਮਲ ਸਾਦਾ ਖਾਓ, ਜੇ ਨਹੀਂ ਆਦਮੀ ਆਪਣੀ ਖੁਰਾਕ ਨਹੀਂ ਖਾ ਸਕਦਾ ਨੋਰਮਲ ਖਾਓ, ਉਹਦੇ ਨਾਲ ਬਿਮਾਰੀਆਂ ਤੋਂ ਰਹਿੰਦਾ ਰਹੇਗਾ। ਅੱਛਾ, ਦੂਸਰਾ ਖਾਣੇ ਦਾ ਇੱਕ ਟਾਈਮ ਟੇਬਲ ਬਣਾਇਆ ਜਾਂਦਾ ਵੀ ਇਹ ਚੀਜ਼ ਫਲਾਣੇ ਟਾਈਮ ਖਾਣੀ, ਇਹ ਖਾਣੀ ਆ, ਰੋਟੀ ਘੱਟ ਖਾਣੀ ਆ, ਜਾਂ ਰਾਤ ਨੂੰ ਸੌਣ ਤੋਂ ਪਹਿਲੇ ਕਿੰਨੇ ਵਜੇ 7 ਵਜੇ ਖਾਣਾ ਖਾ ਲੈਣਾ ਚਾਹੀਦਾ, ਵੀ ਦੂਏ ਦਿਨ ਸਵੇਰ ਦੇ ਟਾਈਮ ਕੋਈ ਪ੍ਰੋਬਲਮ ਆ ਜਾਵੇ ਪੇਟ ਦੇ ਵਿੱਚ। ਅੱਛਾ, ਜੇ ਲੇਟ ਖਾਣਾ ਖਾਓਗੇ ਫਿਰ ਦੂਏ ਦਿਨ ਆਦਮੀ ਐਕਸਰਸਾਈਜ਼ ਕਰ ਨਹੀਂ ਸਕਦਾ, ਕੋਈ ਦਿੱਕਤ ਆ ਜਾਂਦੀ। ਜਿਹੜਾ ਟ੍ਰੈਂਡ ਚੱਲਦਾ ਪਿਆ ਅੱਜ ਕੱਲ੍ਹ ਫਾਸਟ ਫੂਡ ਦਾ, ਹਾਂਜੀ ਹਾਂਜੀ, ਇਹ ਨਹੀਂ ਕਰਨਾ ਚਾਹੀਦਾ, ਖਾਣਾ ਨਹੀਂ ਚਾਹੀਦਾ। ਕਿਉਂਕਿ ਦੇਖਿਆ ਕਿ ਲੋਕ ਕਈ ਵਾਰ ਇਹ ਵੀ ਸੋਚਣ ਲੱਗ ਜਾਂਦੇ ਕਿ ਮੈਂ ਹੁਣ ਜਿੰਮ ਜਾਂ ਐਕਸਰਸਾਈਜ਼ ਕਰਨ ਲੱਗ ਗਿਆ, ਭੱਜਣ ਲੱਗ ਗਿਆ, ਅਤੇ ਮੈਂ ਹੁਣ ਖੁਰਾਕ ਦੇ ਵਿੱਚ ਕੋਈ ਚੀਜ਼ਾਂ ਐਡ ਆਨ ਕਰਾਂ। ਜੇਕਰ ਘਰ ਦੀ ਜੀ ਗੱਲ ਕੀਤੀ ਜਾਵੇ ਤਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਐਡ ਆਨ ਕਰ ਸਕਦੇ ਹਾਂ ਜਿਹੜੀਆਂ ਨੋਰਮਲ ਘਰ ਮਿਲ ਸਕਦੀਆਂ? ਨੋਰਮਲ ਜਿਵੇਂ ਮੂੰਗ ਦੀ ਦਾਲ ਹੋਈ, ਮਾਂਹ ਹੋਏ, ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਆਪਾਂ ਨੋਰਮਲ ਖਾ ਸਕਦੇ ਹਾਂ, ਉਹਨੂੰ ਰਾਤ ਨੂੰ ਭਿਉਂਦੇ ਸਵੇਰੇ ਖਾ ਲਓ, ਆਪ ਵਾਲ ਖਾਓ। ਜੇ ਆਪਾਂ ਤੜਕਾ ਲਾ ਕੇ ਖਾਣਗੇ ਉਹਦੇ ਤਾਂ ਅਸਰ ਹੀ ਖਤਮ ਹੋ ਗਿਆ। ਜਿਵੇਂ ਰਾਤ ਨੂੰ ਚਨੇ ਹੋਏ ਨੂੰ ਡੋ ਪਾਣੀ ਦੇ ਵਿੱਚ ਰੱਖ ਦੇਣੇ, ਸੁਬਾਹ ਨੂੰ ਖਾ ਲਓ। ਅਤੇ ਇਸ ਸਭ ਦੇ ਵਿੱਚ ਜੇਕਰ ਜਿਹੜੇ ਨੋਰਮਲ ਬੰਦੇ ਆ, ਤੁਹਾਨੂੰ ਇੱਥੇ ਤਾਂ ਬੱਚਿਆਂ ਨੂੰ ਮੁਕਾਮ ਜਿਹਾ ਮਿਲ ਗਿਆ ਵੀ ਟ੍ਰੇਨਰ ਹੈਗੇ ਆ, ਨੋਰਮਲ ਘਰਾਂ ਦੇ ਜਿਹੜੇ ਬੱਚੇ ਗਰਾਊਂਡ ਤਾਂ ਚਲੇ ਜਾਂਦੇ, ਬਹੁਤਾ ਪਤਾ ਨਹੀਂ ਹੁੰਦਾ, ਜੇਕਰ ਮੰਨ ਕੇ ਚੱਲੀਏ ਕਿਹੜੀਆਂ 5 ਇੰਪੋਰਟੈਂਟ ਐਕਸਰਸਾਈਜ਼ ਜਿਹੜੀਆਂ ਕਰਨੀਆਂ ਚਾਹੀਦੀਆਂ? ਸਭ ਤੋਂ ਪਹਿਲੇ ਜੀ ਆਦਮੀ ਨੂੰ ਦੌੜਨਾ ਚਾਹੀਦਾ ਘੱਟੋ ਘੱਟ 2-4 ਤੱਕ, ਜੇ ਐਡੀ ਵੱਡੀ ਗਰਾਊਂਡ ਹੈ 2 ਕਿਲੋਮੀਟਰ 4 ਕਿਲੋਮੀਟਰ ਤਕਰੀਬਨ ਆਦਮੀ ਨੂੰ ਪਹਿਲੇ ਦੌੜ ਕੇ ਉਸ ਤੋਂ ਬਾਅਦ ਨੋਰਮਲ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਠੀਕ ਆ, ਜੇ ਨਹੀਂ ਪਤਾ ਤਾਂ ਕਿਸੇ ਨਾ ਕਿਸੇ ਦੀ ਹੈਲਪ ਲੈ ਲੈਣੀ ਚਾਹੀਦੀ ਹੈ। ਜੇ ਦੌੜ ਕੇ ਆਇਆ ਉਸ ਤੋਂ ਬਾਅਦ ਸਾਈਡ ਜੰਪ ਕਰਿਆ ਅਤੇ ਥੋੜ੍ਹੇ ਬਹੁਤ ਡੰਡ ਕੱਢੇ, ਅਤੇ ਇਸ ਤਰ੍ਹਾਂ ਜੋ ਵੀ ਨੋਰਮਲ ਡੇਲੀ ਜੋ ਐਕਸਰਸਾਈਜ਼ ਉਹ ਕਰੋ, ਉਸ ਤੋਂ ਬਾਅਦ ਸਰੀਰ ਦਾ ਮਤਲਬ ਆਪਣਾ ਥੋੜ੍ਹਾ ਠੀਕ ਹੋ ਜਾਂਦਾ। ਜੇ ਆਪਾਂ ਜ਼ਿਆਦਾ ਹੜ ਨਹੀਂ ਕਰਨੀ ਚਾਹੀਦੀ ਸਰੀਰ ਦੇ, ਜਿਸ ਤਰ੍ਹਾਂ ਹੌਲੀ ਹੌਲੀ ਉਹਦੀ ਐਕਸਰਸਾਈਜ਼ ਨੂੰ ਸਟੈਪ ਵਾਈਜ਼ ਬਣਾਉਣਾ ਔਰ ਲਗਾਤਾਰ ਕਰਨਾ, ਕੰਟੀਨਿਊ ਲਗਾਤਾਰ ਦਾ ਮਤਲਬ ਹਰ ਰੋਜ਼ ਕਰਨੀ ਹੈ, ਅਤੇ ਓਨੀ ਕਰਨੀ ਜਿੰਨੀ ਕੁ ਆਪਾਂ ਸਹਿਨ ਕਰ ਸਕਦੇ ਹਾਂ। ਜੇ ਇਹ ਨਾ ਵੀ ਅੱਜ ਜ਼ਿਆਦਾ ਪਾਵਰ ਲਾਤੀ ਦੂਏ ਦਿਨ ਆਪਾਂ ਕਰਨਾ ਸਕੀਏ, ਜਿਵੇਂ ਉਸ ਹਿਸਾਬ ਨਾਲ ਖੁਰਾਕ ਵੀ ਨੋਰਮਲ ਆਦਮੀ ਖਾਣੀ ਚਾਹੀਦੀ ਹੈ।